ਆਹ ਦੇਖੋ ਹੋਏ ਅੱਗੇ ਜਿੱਤ ਜੀ ਤੇ ਤੂੰ ਕੋ ਬਦਮਾਸ਼ੀ ਹਰੇ ਵੀ ਕਹਿੰਦੀ ਗੋਰੀਆਂ ਮਾਰਾਂਗੇ ਗੋਰੀਆਂ ਦੇ ਗੋਰੀਆਂ ਮਾਰ ਕੇ ਦੇਖੋ ਜੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਨਿਹੰਗ ਸਿੰਘ ਵੀਰ ਹੈ ਉਹ ਜਿਹੜਾ ਬੀਬੀ ਨੂੰ ਵਾਜਾ ਮਾਰ ਕੇ ਤੇ ਬਹੁਤ ਜ਼ਿਆਦਾ ਵੱਤਮੀ ਜੀ ਨਾਲ ਪੇਸ਼ ਆਇਆ ਔਰ ਸਾਨੂੰ ਇਹ ਸ਼ਿਕਾਇਤ ਮਿਲੀ ਹੈ ਨਰਮਲ ਕਾਲ ਬੂੰਗਾ ਸ਼ੋਣੀ ਨਿਹੰਗ ਸਿੰਘਾਂ ਦੀ ਟ੍ਰਾਂਸਪੋਰਟ ਨਗਰ ਤੋਂ ਅਸੀਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਰਹਿਨਮਾਈ 'ਚ ਚੱਲਦੇ ਆ ਜੀ ਔਰ ਸਾਡੇ ਕੋਲ ਇਹ ਸ਼ਿਕਾਇਤ ਪਹੁੰਚੀ ਆ ਸ਼ੌਣੀ ਦੇ ਵਿੱਚ ਕਿ ਉਹ ਨਿਹੰਗ ਸਿੰਘ ਵੀਰ ਜਿਹੜਾ ਆ ਬਤਮੀਜੀ ਨਾਲ ਪੇਸ਼ ਆਇਆ ਅਸੀਂ ਅੱਜ ਤੱਕ ਜਿੰਨੇ ਵੀ ਨਿਹੰਗ ਸਿੰਘ ਫੌਜਾਂ ਨੇ ਜਿੱਥੋਂ ਤੱਕ ਵੀ ਹੁੰਦਾ ਆ ਧੀਆਂ ਭੈਣਾਂ ਦੀ ਰਾਖੀ ਵਾਸਤੇ ਖਾਲਸਾ ਪੰਥ ਤਿਆਰ ਬਰ ਤਿਆਰ ਰਹਿੰਦਾ ਹੈ ਪਿੱਛੇ ਜੇ ਬੇਟੀ ਇੱਕ 7 ਸਾਲ ਤੋਂ ਕੈਦ ਕੀਤੀ ਹੋਈ ਸੀ ਉਹ ਵੀ ਛਡਾ ਕੇ ਲਿਆਂਦੀ ਔਰ ਉਸ ਦੇ ਨਾਲ ਉਹਦਾ ਫੈਸਲਾ ਕਰਾ ਕੇ ਤੇ ਉਹਨੂੰ ਵਾਪਸ ਆਪਣੇ ਸੋਹਰਾ ਪਰਿਵਾਰ ਕੋਲੇ ਭੇਜਿਆ ਪਰ ਅਸੀਂ ਇਹ ਚਾਹੁੰਦੇ ਆ ਵੀ ਇਹਦੇ ਨਾਲ ਨਿਹੰਗ ਸਿੰਘਾਂ ਦਾ ਅਕਸ ਖਰਾਬ ਹੁੰਦਾ ਉਸ ਵੀਰ ਨੂੰ ਚਾਹੀਦਾ ਸੀ ਕਿ ਕਿਤੇ ਬਹਿ ਕੇ ਆਰਾਮ ਦੇ ਨਾਲ ਚਾਰ ਸਿੰਘ ਇਕੱਠੇ ਕਰਕੇ ਉਹਨਾਂ ਦਾ ਮਸਲਾ ਹੱਲ ਕਰਦਾ ਤੇ ਉਹਨਾਂ ਜਿਹੜੀ ਗੱਲਬਾਤ ਸੀ ਪਤੀ ਪਤਨੀ ਦੀ ਜਾਂ ਕਿਸੇ ਤਰ੍ਹਾਂ ਦਾ ਵੀ ਝਗੜਾ ਸੀ ਉਹ ਨਿਪਟਾਇਆ ਜਾ ਸਕਦਾ ਸੀ ਪਰ ਉਹਨੇ ਮੀਡੀਆ ਦੇ ਵਿੱਚ ਬਾਹਰ ਵਾਇਰਲ ਹੋ ਕੇ ਜਿਹੜੀ ਬਤਮੀਜੀ ਕੀਤੀ ਆ ਉਹ ਸਾਨੂੰ ਬਹੁਤ ਠੇਸ ਪਹੁੰਚੀ ਆ ਅਸੀਂ ਤੇ ਇਸ ਨਿਹੰਗ ਸਿੰਘ ਨੂੰ ਤਾੜਨਾ ਕਰਦੇ ਆ ਵੀ ਅੱਗੇ ਤੋਂ ਐਹੋ ਜੀ ਵੀਰਲ ਵੀਡੀਓ ਕਦੇ ਵੀ ਵਾਇਰਲ ਨਹੀਂ ਹੋਣੀ ਚਾਹੀਦੀ ਜਿਦੇ ਵਿੱਚ ਬਤਮੀਜੀ ਕਰਦੇ ਅਸੀਂ ਪੇਸ਼ ਆਈਏ ਕਿਉਂਕਿ ਸਾਡੇ ਨਿਹੰਗ ਸਿੰਘਾਂ ਦੇ ਬਾਣੇ ਨੂੰ ਬਹੁਤ ਹੀ ਠੇਸ ਲੱਗਦੀ ਆ ਅਸੀਂ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਸੰਗ ਨੂੰ ਇਹੀ ਸਮਝਾਉਣਾ ਚਾਹੁੰਦੇ ਆ ਵੀ ਪੁੱਤਰਾ ਜਿਹੜਾ ਕੰਮ ਕੀਤਾ ਨਾ ਤੂੰ ਬਹੁਤ ਮਾੜਾ ਕੰਮ ਕੀਤਾ ਜੋ ਵੀ ਕੰਮ ਕਰਨਾ ਹੁੰਦਾ ਜਿਵੇਂ ਕੋਈ ਵੀ ਗੱਲਬਾਤ ਹੁੰਦੀ ਆ ਵੀ ਇੱਕ ਇਸਤਰੀ ਇੱਕ ਨਾਰੀ ਇੱਕ ਜਿਵੇਂ ਆਪਾਂ ਕੋਈ ਵੀ ਰੱਖ ਲਈਏ ਵੀ ਜਿਵੇਂ ਚੋਰੀ ਦਾ ਗੋੜ ਰੱਖ ਲਈਏ ਉਹ ਵੀ ਲੁਕੋ ਕੇ ਖਾਣਾ ਪੈਂਦਾ ਹਰ ਇੱਕ ਚੀਜ਼ ਲੁਕੋ ਕੇ ਇਹ ਜਿਹੜੀਆਂ ਚੀਜ਼ਾਂ ਨੇ ਇਸਤਰੀਆਂ ਨੇ ਇਹਨਾਂ ਨਾਲ ਆਪਣੀ ਇੱਜ਼ਤ ਮਾਨ ਦਿੱਤਾ ਇੱਜ਼ਤ ਮਾਨ ਕਰਨਾ ਚਾਹੀਦਾ ਇਹਨਾਂ ਦੇ ਇਸਤਰੀ ਦਾ ਤੇ ਵੇਖੋ ਜਿਹੜੇ ਬੰਦੇ ਨੇ ਸੰਘਣੇ ਕੰਮ ਕੀਤਾ ਵੀ ਬਹੁਤ ਠੇਸ ਪਹੁੰਚੀ ਸਾਡੇ ਦਿਲਾਂ ਨੂੰ ਸੰਗਤਾਂ ਦੇ ਦਿਲਾਂ ਨੂੰ ਵੀ ਠੇਸ ਪਹੁੰਚੀ ਆ ਵੀ ਜਿਹੜੀ ਗੱਲ ਹੋਣ ਵਾਲੀ ਸੀਗੀ ਉਹ ਤੁਸੀਂ ਆਮਨਾ ਪਰਦੇ ਚ ਕਮਰੇ ਚ ਬਹਿ ਕੇ ਵੀ ਗੱਲ ਹੋ ਸਕਦੀ ਸੀਗੀ ਉਦੋਂ ਵੀ ਗੱਲ ਹੋ ਸਕਦੀ ਸੀਗੀ ਤੇ ਇਹ ਥੋੜੀ ਵੀ ਆਪਾਂ ਚਰਚਾ ਕਰਕੇ ਰੌਲਾ ਪਾ ਕੇ ਸੜਕਾਂ ਦੇ ਉੱਤੇ ਜਲੂਸ ਕੱਢਣਾ ਇਹ ਉਹਦਾ ਨਹੀਂ ਨਿਕਲਿਆਗਾ ਇਹ ਸਾਰੀ ਨਿਹੰਗ ਸਿੰਘ ਫੌਜ ਜਿੰਨੀ ਵੀ ਸੰਗਤ ਹੈਗੀ ਆ ਸਾਰਿਆਂ ਦਾ ਜਲੂਸ ਨਿਕਲਿਆਗਾ ਤੇ ਇਹਨੂੰ ਸੰਘ ਨੂੰ ਇਹੀ ਕਹਿੰਨੇ ਆ ਵੀ ਭਾਈ ਇਦਾਂ ਦੇ ਕੰਮ ਨਹੀਂ ਆਪਾਂ ਨੂੰ ਸ਼ੋਭਾ ਦੇਂਦੇ ਸਿੰਘਾਂ ਨੂੰ ਆਪਾਂ ਇੱਜ਼ਤਾਂ ਬਚਾਉਣੇ ਆ ਤਿਆਂ ਭੈਣਾਂ ਦੀਆਂ ਇੱਜ਼ਤ ਰੱਖਣੀਆਂ ਨੇ ਰਾਜ ਰੱਖਣੀ ਹੈਗੀ ਆ ਆਪਾਂ ਕਹੇ ਦੀ ਖਾ ਜਿਵੇਂ ਕਹਿੰਦੇ ਨੇ ਵੀ ਧੂੜ ਡਾਉਣੀ ਇਹ ਆਪਾਂ ਜੇ ਆਪਾਂ ਹੀ ਇਦਾਂ ਦੇ ਕੰਮ ਕਰਾਂਗੇ ਲੈਣੇ ਕਹਿੰਦਾ ਕਾਵਾ ਰੋਲਾ ਪਾ ਰਿਆ ਕਾਵਾ ਧੂੜ ਆਉਂਦੀ ਆ ਕੁੱਕੜ ਆਪਣੇ ਆ ਵੀ ਧੂੜੀ ਦੇ ਉੱਤੇ ਮਾਰਦਾ ਹੈਗਾ ਪੈਰ ਪੰਜੇ ਤੇ ਉਹ ਆਪਣੇ ਤੇ ਹੀ ਪੈਂਦੀ ਆ ਤੇ ਜੇ ਅੱਜ ਇਹ ਸਿੰਘ ਸਾਡਾ ਆਪਣੇ ਨਾਲ ਸਾਡੇ ਨਾਲ ਇਦਾਂ ਕਰੂਗਾ ਕਰਤੂਤ ਤੇ ਉਹ ਫਿਰ ਸਾਡੇ ਤੇ ਹੀ ਰਾਖ ਪੈਣੀ ਹੈਗੀ ਆ ਜੀ ਦੇਖੋ ਜੀ ਜੇ ਜਨਾਨੀ ਗਲਤ ਸੀਗੀ ਅਸੀਂ ਉਹ ਵੀ ਨਹੀਂ ਕਹਿੰਦੇ ਵੀ ਇੱਕ ਹੱਥ ਨਾਲ ਤਾੜੀ ਵੱਜ ਨਹੀਂ ਸਕਦੀ ਜੀ ਦੋ ਥਾਣਾ ਦਾੜੀ ਵਾਜਦੀ ਆ ਇਹਦਾ ਗਲਤੀ ਨਜਾਇਨੀ ਦੇ ਵਿੱਚ ਵੀ ਹੋਗੀ ਅਸੀਂ ਬੀਬਾ ਨੂੰ ਵੀ ਕਹਿੰਨੇ ਵੀ ਬੀਬਾ ਜੇ ਕੋਈ ਗੱਲ ਸੀ ਤਾਂ ਬਹਿ ਕੇ ਆਰਾਮ ਨਾਲ ਗੱਲ ਕਰਦੀ ਜੇ ਸਿੱਖ ਦਾ ਨਿਹੰਗ ਸਿੰਘ ਦੇ ਵਿੱਚ ਗਲਤੀ ਸੀਗੀ ਤੇ ਨਿਹੰਗ ਸਿੰਘ ਵੀ ਬਹਿ ਕੇ ਗੱਲ ਕਰ ਸਕਦਾਗਾ ਬੀਬਾ ਦੇ ਵਿੱਚ ਗਲਤੀ ਹੋ ਸਕਦੀ ਆ 100% ਹੋ ਸਕਦੀ ਆ 100% ਸਾਡੇ ਨਿਹੰਗ ਸਿੰਘ ਦੇ ਵਿੱਚ ਵੀ ਹੋ ਸਕਦੀ ਆ ਪਰ ਇਹਨਾਂ ਨੇ ਕਾਵਾਂ ਰੋਲੀ ਜਿਹੜੀ ਪਾਈ ਆ ਇਹ ਬਹੁਤ ਬਦਨਾਮੀ ਵਾਲੀ ਗੱਲ ਆਈ ਕੀ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਕੁਝ ਦੇਖੋ ਜੀ ਜੇ ਬੀਬਾ ਦੀ ਗਲਤੀ ਹੈਗੀ ਆ ਤੇ ਬੀਬਾ ਤੇ ਕਾਰਵਾਈ ਹੋਣੀ ਚਾਹੀਦੀ ਆ ਜੇ ਸਾਡੇ ਸਿੰਘ ਤੇ ਗਲਤੀ ਹੈ ਤਾਂ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਆ ਦੋਨਾਂ ਘਰਾਂ ਨੂੰ ਬਕਸਿਆਂ ਨਹੀਂ ਜਾਣਾ ਚਾਹੀਦਾ ਠੀਕ ਠੀਕ